ਸਾਸ਼ਟ੍ਰਿਕ ਕਾਲ ਤੁਸੀਂ ਦੇਖ ਰਹੇ ਆ ਪੰਜਾਬ ਮੇਲ ਯੂਐਸਸੀ ਟੀਵੀ ਮੈਂ ਬਰਨ ਕੌਰ ਮਾਨ ਖਬਰਾਂ ਦੇ ਬ੍ਰਿਟਨ ਦੇ ਵਿੱਚ ਤੁਹਾਡਾ ਸਵਾਗਤ ਖਬਰਾਂ ਦੇ ਬ੍ਰਿਟਨ ਦੇ ਸਪான்ਸਰ ਨੇ ਰੇਲਟਰ ਗੁਰਜਤਿੰਦਰ ਸਿੰਘ ਰੰਦਾਵਾ ਜਿਨ੍ਹਾਂ ਤੋਂ ਹਰ ਤਰੀਕੇ ਦੀ ਪ੍ਰਾਪਰਟੀ ਖਰੀਦੀ ਵਿੱਚ ਜਾ ਸਕਦੀ ਹੈ ਜਿਨ੍ਹਾਂ ਦੇ ਫੋਨ ਨੰਬਰ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਤੇ ਹੁਣ ਪੇਸ਼ ਨੇ ਪਹਿਲਾਂ ਚੋਣ ਦੀਆਂ ਖਬਰਾਂ ਦੀਵਾਲੀ ਤੇ ਹੁਣ ਨਿਊਯਾਰਕ ਚ ਹੋਏਗੀ ਸਰਕਾਰੀ ਛੁੱਟੀ ਵਿਧਾਨ ਸਭਾ ਚ ਬਿਲ ਪਾਸ ਕਈ ਦੇਸ਼ਾਂ ਨੇ ਆਪਣੀਆਂ ਯੂਨੀਵਰਸਿਟੀਆਂ ਦੇ ਵਿੱਚ ਜਾਂਚ ਦਾ ਦਾਇਰਾ ਵਧਾਇਆ ਵਿਦਿਆਰਥੀਆਂ ਦੀਆਂ ਵਧੀਆਂ ਮੁਸ਼ਕਲਾਂ ਅਮਰੀਕਾ ਦੀ ਸਰਕਾਰੀ ਯਾਤਰਾ ਲਈ 6 ਮਹੀਨੇ ਪਹਿਲਾਂ ਹੀ ਤਿਆਰੀ ਸ਼ੁਰੂ ਕਰ ਦਿੰਦਾ ਹੈ ਵਾਈਟ ਹਾਊਸ ਮੇਰੇ ਉੱਤੇ ਲੱਗੇ ਸਾਰੇ ਦੋਸ਼ ਪੂਰੀ ਤਰ੍ਹਾਂ ਬੇਬੁਨਿਆਦ ਨੇ ਸਾਬਕਾ ਅਮਰੀਕੀ ਰਾਸ਼ਟਰਪਤੀ ਟਰੰਪ ਦਾ ਬਿਆਨ ਫਲਾਈਟ ਵਿੱਚ ਬੇਹੋਸ਼ ਹੋਣ ਤੋਂ ਬਾਅਦ 11 ਸਾਲਾ ਬੱਚੇ ਦੀ ਮੌਤ ਇਸਤੰਬੁਲ ਤੋਂ ਨਿਊਯਾਰਕ ਜਾ ਰਿਹਾ ਸੀ ਜਹਾਜ਼ ਅਮਰੀਕੀ ਕਲੱਬ ਦੇ ਵਿੱਚ ਅਣਦੇਖੀ ਗੋਲੀਬਾਰੀ 6 ਲੋਕਾਂ ਦੀ ਹਾਲਤ ਗੰਭੀਰ આરોપી ਫਰਾਰ ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਅਮਰੀਕਾ ਕੈਨੇਡਾ ਸਣੇ ਦੇਸ਼ ਵਿਦੇਸ਼ ਦੀਆਂ ਹੋਰ ਬਹੁਤ ਸਾਰੀਆਂ ਖਬਰਾਂ ਨਿਊਯਾਰਕ ਰਾਜ ਵਿਧਾਨ ਸਭਾ ਨੇ ਦੀਵਾਲੀ ਤੇ ਸ਼ਹਿਰ ਦੇ ਸਕੂਲਾਂ ਲਈ ਛੁੱਟੀਆਂ ਬਾਰੇ ਕਾਨੂੰਨ ਪਾਸ ਕੀਤਾ ਹੈ ਸੈਨੇਟ ਅਤੇ ਵਿਧਾਨ ਸਭਾ ਦੋਵਾ ਵਿੱਚ ਸੈਸ਼ਨ ਖਤਮ ਹੋਣ ਤੋਂ ਪਹਿਲਾਂ ਇਸ ਸੰਬੰਧ ਵਿੱਚ VOTING ਹੋਈ ਹੁਣ ਇਸ ਸੰਬੰਧੀ ਕਾਨੂੰਨ ਬਣਾਉਣ ਦੇ ਲਈ ਬਿੱਲ ਨੂੰ ਗਵਰਨਰ ਕੈਥੀ ਹੌਚੂਲ ਨੂੰ ਭੇਜਿਆ ਗਿਆ ਜਿੱਥੇ ਉਨ੍ਹਾਂ ਦੇ ਦਸਤਖਤ ਤੋਂ ਬਾਅਦ ਇਹ ਬਿੱਲ ਕਾਨੂੰਨ ਦਾ ਰੂਪ ਲੈ ਲਏਗਾ ਇਸ ਨਾਲ ਨਿਊਯਾਰਕ ਵਿੱਚ ਰਹਿ ਰਹੇ ਭਾਰਤੀਆਂ ਵਿੱਚ ਖੁਸ਼ੀ ਦੀ ਲਹਿਰ ਹੈ ਬਿੱਲ ਪੇਸ਼ ਕਰਦੇ ਹੋਏ ਵਿਧਾਨ ਸਭਾ ਮੈਂਬਰ ਜ਼ੈਨੇਫਰ ਨੇ ਕਿਹਾ ਕਿ ਦੀਵਾਲੀ ਨੂੰ ਸਕੂਲੀ ਛੁੱਟੀ ਬਣਾ ਕੇ ਦੱਖਣੀ ਏਸ਼ੀਆਈ ਇੰਡੋ ਕੈਰੀਬੀਅਨ ਹਿੰਦੂ ਸਿੱਖ ਬੋਧੀ ਅਤੇ ਜੈਨ ਭਾਈਚਾਰਿਆਂ ਦੇ ਸੱਭਿਆਚਾਰ ਦਾ ਸਨਮਾਨ ਕਰਨ ਦਾ ਇਹ ਸਹੀ ਸਮਾਂ ਹੈ ਉਹਨਾਂ ਨੇ ਕਿਹਾ ਕਿ ਦੀਵਾਲੀ ਮੌਕੇ ਐਲਾਨੀ ਛੁੱਟੀ ਦਾ ਲਾਭ ਲਗਭਗ 2 ਲੱਖ ਵਿਦਿਆਰਥੀਆਂ ਨੂੰ ਮਿਲੇਗਾ ਇਸ ਤੋਂ ਪਹਿਲਾਂ ਸਾਲ 2021 ਅਤੇ 2022 ਵਿੱਚ ਇਸ ਕਾਨੂੰਨ ਨੂੰ ਪਾਸ ਕਰਨ ਦੀਆਂ ਦੋ ਕੋਸ਼ਿਸ਼ਾਂ ਅਸਫਲ ਰਹੀਆਂ ਨੇ ਤੁਹਾਨੂੰ ਦੱਸ ਦੇ ਕਿ ਫਰਵਰੀ ਮਹੀਨੇ ਵਿੱਚ ਨਿਊਯਾਰਕ ਸਿਟੀ ਕਾਉਂਸਲ ਨੇ ਦੀਵਾਲੀ ਦੇ ਮੌਕੇ ਉੱਤੇ ਸਕੂਲ ਵਿੱਚ ਛੁੱਟੀ ਨੂੰ ਲੈ ਕੇ ਇੱਕ ਮਤਾ ਪਾਸ ਕੀਤਾ ਇਹ ਪ੍ਰਸਤਾਵ ਕਾਉਂਸਲ ਵਿਮਨ ਦੇ ਦੁਆਰਾ ਪੇਸ਼ ਕੀਤਾ ਗਿਆ ਸੀ ਦੀਵਾਲੀ ਬਾਰੇ ਕਾਨੂੰਨ ਤਾਂ ਹੀ ਬਣ ਸਕਦਾ ਹੈ ਜਦੋਂ ਹਰ ਕੋਈ ਇਸ ਨੂੰ ਰਾਸ਼ ਪੱਧਰ ਤੇ ਸਵੀਕਾਰ ਕਰਦਾ ਹੈ ਨਿਊਯਾਰਕ ਦੇ ਮੇਅਰ ਐਰਿਕ ਨੇ ਕਿਹਾ ਹੈ ਕਿ ਇਸ ਕਾਨੂੰਨ ਦਾ ਸਮਰਥਨ ਕੀਤਾ ਮੈਂ ਜਦਕਿ ਪਹਿਲਾ ਮੇਅਰ ਸਕੂਲਾਂ ਦੇ ਚਾਂਸਲਰ ਇਸ ਕਾਨੂੰਨ ਦਾ ਵਿਰੋਧ ਕਰਦੇ ਰਹੇ ਨੇ ਦੱਸਦੇ ਕਿ ਇਸ ਕਾਨੂੰਨ ਦਾ ਲਾਭ ਸਿੱਧਾ ਭਾਰਤੀ ਪਾਈਚਾਰੇ ਦੇ ਨਾਲ ਸੰਬੰਧਿਤ ਲੋਕਾਂ ਨੂੰ ਮਿਲੇਗਾ ਉਹਨਾਂ ਨੂੰ ਦੀਵਾਲੀ ਮੌਕੇ ਸਰਕਾਰੀ ਛੁੱਟੀ ਦਾ ਫਾਇਦਾ ਮਿਲੇਗਾ ਕੈਨੇਡਾ 'ਚ 700 ਵਿਦਿਆਰਥੀਆਂ ਨੂੰ ਡਿਪੋਰਟ ਕਰਨ ਦੀ ਚੱਲ ਰਹੀ ਜਾਂਚ ਤੋਂ ਬਾਅਦ ਹੁਣ ਹੋਰ ਦੇਸ਼ ਵੀ ਯੂਨੀਵਰਸਿਟੀਆਂ 'ਚ ਵਿਦਿਆਰਥੀਆਂ ਦੇ ਝਾਲੀ ਦਸਤਾਵੇਜ਼ਾਂ ਨੂੰ ਲੈ ਕੇ ਚੌਕਸ ਹੋ ਗਏ ਨੇ ਜਿਸ ਕਾਰਨ ਵਿਦਿਆਰਥੀਆਂ ਦਾ ਵੀਜ਼ਾ ਰੱਦ ਹੋਣ ਦੇ ਮਾਮਲੇ ਵੀ ਵੱਧ ਗਏ ਨੇ ਸਿੱਖਿਆ ਸਲਾਹਕਾਰਾਂ ਨੇ ਵੀ ਵਿਦੇਸ਼ਾਂ ਵਿੱਚ ਪੜ੍ਹਾਈ ਕਰਨ ਦੇ ਚਾਹਵਾਨ ਵਿਦਿਆਰਥੀਆਂ ਨੂੰ ਜਾਲੀ ਦਸਤਾਵੇਜ਼ਾਂ ਦਾ ਸਹਾਰਾ ਨਾ ਲੈਣ ਦੀ ਸਲਾਹ ਦਿੱਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਹੁਣ ਜਰਮਨੀ ਆਸਟ੍ਰੇਲੀਆ ਅਤੇ ਕੈਨੇਡਾ ਚ ਵਿਦੇਸ਼ਾਂ ਤੋਂ ਆਉਣ ਵਾਲੇ ਵਿਦਿਆਰਥੀਆਂ ਦੇ ਦਸਤਾਵੇਜ਼ਾਂ ਦੀ ਚੈਕਿੰਗ ਵਧਾ ਦਿੱਤੀ ਹੈ ਅਤੇ ਕ੍ਰਾਸ ਚੈਕਿੰਗ ਲਈ ਉਮੀਦਵਾਰਾਂ ਦੇ ਵਿਦਿਅਕ ਅਦਾਰਿਆਂ ਦੇ ਨਾਲ ਸੰਪਰਕ ਕੀਤਾ ਜਾ ਰਿਹਾ ਹੈ। ਇੱਕ ਮੀਡੀਆ ਰਿਪੋਰਟ ਦੇ ਵਿੱਚ ਵਿਦੇਸ਼ੀ ਯੂਨੀਵਰਸਿਟੀਆਂ 'ਚ ਦਾਖਲਾ ਸੁਰੱਖਿਅਤ ਕਰਨ 'ਚ ਮਦਦ ਕਰਨ ਵਾਲੀ ਕੰਪਨੀ ਵੇਵਰਜ਼ ਐਜੂ ਕੰਪਲਿਟਿਡ ਦੇ ਡਾਇਰੈਕਟਰ ਨਿਸ਼ਾੰਤ ਖੰਨਾ ਨੇ ਹਵਾਲੇ ਦੇ ਨਾਲ ਕਿਹਾ ਗਿਆ ਕਿ ਸਰਕਾਰੀ ਕਾਲਜੇਸ ਦੇ ਵਿੱਚ ਫੀਸਾਂ ਘੱਟ ਹੋਣ ਕਾਰਨ ਅਰਜ਼ੀਆਂ ਦੀ ਗਿਣਤੀ ਜ਼ਿਆਦਾ ਆਈ ਪਰ ਹੁਣ ਪ੍ਰਾਈਵੇਟ ਯੂਨੀਵਰਸਿਟੀਆਂ ਵੀ ਵਧੇਰੇ ਹਸਾਬ ਨੇ ਵਰਤ ਰਹੀਆਂ ਨੇ ਵੀਡੀਆ ਰਿਪੋਰਟਾਂ ਦੇ ਅਨੁਸਾਰ ਮਾਰਚ ਵਿੱਚ ਕੈਨੇਡੀਅਨ ਅਧਿਕਾਰੀ 700 ਵਿਦਿਆਰਥੀਆਂ ਨੂੰ ਡਿਪੋਰਟ ਕਰਨ ਦੀ ਤਿਆਰੀ ਕਰ ਰਹੇ ਸਨ ਜਿਨ੍ਹਾਂ ਨੇ ਵੀਜ਼ਾ ਸੁਰੱਖਿਅਤ ਕਰਨ ਦੇ ਲਈ ਯੂਨੀਵਰਸਿਟੀਆਂ ਦੇ 40 ਦਾਖਲਾ ਪੇਸ਼ਕਸ਼ ਪੱਤਰਾਂ ਦੀ ਵਰਤੋਂ ਕੀਤੀ ਸੀ ਸਲਾਹਕਾਰਾਂ ਨੇ ਕਿਹਾ ਕਿ 40 ਦਸਤਾਵੇਜ਼ ਪ੍ਰਾਈਵੇਟ ਯੂਨੀਵਰਸਿਟੀਆਂ ਦੀ ਸਾਖ ਨੂੰ ਖਰਾਬ ਕਰਦੇ ਨੇ ਸਰਕਾਰਾਂ ਨੂੰ ਯੂਨੀਵਰਸਿਟੀਆਂ ਦੀ ਜਾਂਚ ਵਧਾਉਣ ਦਾ ਦਾਇਰਾ ਵਧਾ ਦਿੰਦੇ ਨੇ ਜਿਸ ਕਾਰਨ ਹੁਣ ਭਾਰਤੀ ਵਿਦਿਆਰਥੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਫੈਡਰੇਸ਼ਨ ਯੂਨੀਵਰਸਿਟੀ ਨੇ ਅਗਲੀ ਸੂਚਨਾ ਤੱਕ ਪੰਜਾਬ ਹਰਿਆਣਾ ਜੰਮੂ ਹੋਤੇ ਕਸ਼ਮੀਰ ਉੱਤਰਾਖੰਡ ਤੇ ਉੱਤਰ ਪ੍ਰਦੇਸ਼ ਤੋਂ ਵਿਦਿਆਰਥੀਆਂ ਦੀਆਂ ਅਰਜ਼ੀਆਂ ਦੀ ਪ੍ਰਕਿਰਿਆ ਤੇ ਰੋਕ ਲਗਾ ਦਿੱਤੀ ਹੈ ਜਦਕਿ ਪੱਛਮੀ ਸਿਡਨੀ ਯੂਨੀਵਰਸਿਟੀ ਨੇ ਮਈ ਅਤੇ ਜੂਨ ਦੇ ਲਈ ਪੰਜਾਬ ਹਰਿਆਣਾ ਤੇ ਗੁਜਰਾਤ ਤੋਂ ਭਰਤੀ ਤੇ ਰੋਕ ਲਗਾ ਦਿੱਤੀ ਹੈ ਇਸ ਤੋਂ ਪਹਿਲਾਂ April ਦੇ ਵਿੱਚ ਘੱਟੋ ਘੱਟ 4 ਹੋਰ ਯੂਨੀਵਰਸਿਟੀਆਂ ਵਿਕਟੋਰੀਆ ਐਡਸਟਕਵਾਨ ਟੌਰ ਨੇ ਸਤੇ ਦੱਖਣੀ ਕ੍ਰਾਸ ਨੇ 92 ਭਾਰਤੀ ਖੇਤਰਾ ਤੋਂ ਦਾਖਲੇ ਤੇ ਰੋਕ ਲਗਾ ਦਿੱਤੀ ਸੀ ਦੋ ਹੋਰ ਯੂਨੀਵਰਸਿਟੀਆਂ ਨੇ ਉੱਚ ਜੋਖਮ ਸਮਝੇ ਵਾਲੇ ਦੇਸ਼ਾਂ ਦੇ ਵਿਦੇਸ਼ੀ ਵਿਦਿਆਰਥੀਆਂ ਲਈ ਮਾਰਚ ਵਿੱਚ ਆਪਣੀ ਅਰਜ਼ੀ ਪ੍ਰਕਿਰਿਆ ਵਿੱਚ ਸੋਧ ਕੀਤੀ ਹੈ ਇਮੀਗ੍ਰੇਸ਼ਨ ਸਲਾਹਕਾਰ ਅਜੇ ਸ਼ਰਮਾ ਨੇ ਕਿਹਾ ਕਿ ਦੇਸ਼ ਇਸ ਖਾਮੀ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਉਹਨਾਂ ਨੇ ਦੱਸਿਆ ਕਿ ਦੇਸ਼ ਨੂੰ ਵਿਦਿਆਰਥੀਆਂ ਲਈ ਕੰਮ ਦੇ ਘੰਟਿਆਂ ਤੇ ਮੁੜ ਵਿਚਾਰ ਕਰਨਾ ਹੋਵੇਗਾ ਕਿਉਂਕਿ ਹੁਣ ਉਹਨਾਂ ਦੇ ਆਪਣੇ ਨਾਗਰਿਕਾਂ ਨੂੰ ਵੀ ਮੰਦੀ ਦੌਰਾਨ ਨੌਕਰੀਆਂ ਦੀ ਜ਼ਰੂਰਤ ਹੈ। ਉਹਨਾਂ ਨੇ ਕਿਹਾ ਕਿ ਕੋਵਿਡ ਤੋਂ ਬਾਅਦ ਵੀਜ਼ਾ ਮਾਨਤਾ ਵਿੱਚ ਵਾਧਾ ਹੋਇਆ ਕਿਉਂਕਿ ਦੇਸ਼ 2 ਸਾਲਾਂ ਬਾਅਦ ਖੁੱਲ੍ਹੇ ਸਨ। ਉਦਾਹਰਨ ਦੇ ਲਈ ਆਸਟ੍ਰੇਲੀਆ ਵਿੱਚ ਜਿੱਥੇ ਵਿਦਿਆਰਥੀ ਹਫ਼ਤੇ ਵਿੱਚ ਵੱਧ ਤੋਂ ਵੱਧ 40 ਘੰਟੇ ਕੰਮ ਕਰ ਸਕਦੇ ਨੇ ਹਾਲਾਂਕਿ ਕੋਵਿਡ ਦੇ ਪਰਕੋਪਟੇ ਦੌਰਾਨ ਇਹ ਮਿਆਦ ਖਤਮ ਕਰ ਦਿੱਤੀ ਗਈ ਸੀ। ਜੁਲਾਈ 2022 ਵਿੱਚ ਇਸਨੇ ਮਿਆਦ ਨੂੰ ਵਾਪਸ ਲਿਆ ਅਤੇ ਕੰਮ ਦੇ ਘੰਟਿਆਂ ਨੂੰ ਹਫ਼ਤੇ ਵਿੱਚ ਕੇਵਲ 48 ਘੰਟੇ ਤੱਕ ਵਧਾ ਦਿੱਤਾ। ਕੁਝ ਅਜਿਹੇ ਮਾਮਲੇ ਸਨ ਜਿੱਥੇ ਵਿਦਿਆਰਥੀ ਕੁਝ ਯੂਨੀਵਰਸਿਟੀਆਂ ਦੇ ਵਿੱਚ ਦਾਖਲ ਹੋਏ ਪਰ ਕੁਝ ਸਮੈਸਟਰਾਂ ਤੋਂ ਬਾਅਦ ਫਰਾਰ ਹੋ ਗਏ। ਉਹਨਾਂ ਨੇ ਇੱਕ ਸਸਤੀ ਅਤੇ ਗੈਰ ਮਾਨਤਾ ਪ੍ਰਾਪਤ ਮਜ਼ਦੂਰ ਕਿਰਤ ਬਲ ਦੇ ਹਿੱਸੇ ਵਜੋਂ ਭੋਜਨ ਅਤੇ ਪ੍ਰਚੂਨ ਚੀਜ਼ਾਂ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ। 2022 ਦੇ ਵਿੱਚ 7 ਲੱਖ ਤੋਂ ਵੱਧ ਉੱਚ ਸਿੱਖਿਆ ਲਈ ਵਿਦੇਸ਼ ਗਏ ਜਾਲੀ ਦਸਤਾਵੇਜ਼ਾ ਵਿਜ਼ਾ ਦੇ ਆਧਾਰ ਤੇ ਦਾਖਲੇ ਤੋਂ ਇਲਾਵਾ ਵਿਦਿਆਰਥੀਆਂ ਵੱਲੋਂ ਗੁਪਤ ਨੌਕਰੀਆਂ ਕਰਨ ਦੇ ਮਾਮਲਿਆਂ ਵਿੱਚ ਵੀ ਵਾਧਾ ਹੋਇਆ ਇੱਕ ਰਿਪੋਰਟ ਦੇ ਅਨੁਸਾਰ ਭਾਰਤੀ ਵਿਦਿਆਰਥੀਆਂ ਨੇ ਕਥਿਤ ਤੌਰ ਤੇ 2022 ਦੇ ਵਿੱਚ ਯੂਨੀਵਰਸਿਟੀ ਵਿੱਚ ਦਾਖਲਾ ਲੈਣ ਤੋਂ ਬਾਅਦ ਪੜ੍ਹਾਈ ਛੱਡ ਦਿੱਤੀ ਅਤੇ ਸਸਤੇ ਵਪਾਰਕ ਸੰਸਥਾਵਾਂ ਵਿੱਚ ਚਲੇ ਗਏ ਮਈ ਵਿੱਚ ਦੋ ਆਸਟ੍ਰੇਲੀਆਈ ਯੂਨੀਵਰਸਿਟੀਆਂ ਵਿਕਟੋਰੀਆ ਵਿੱਚ ਫੈਡਰੇਸ਼ਨ ਯੂਨੀਵਰਸਿਟੀ ਅਤੇ ਨਿਊ ਸਾਊਥ ਵੇਲਜ਼ ਵਿੱਚ ਪੱਛਮੀ ਸਿਡਨੀ ਯੂਨੀਵਰਸਿਟੀ ਕੁਝ ਭਾਰਤੀ ਵਿਦਿਆਰਥੀਆਂ ਦੀ ਭਰਤੀ ਨੂੰ ਰੋਕ ਦਿੱਤਾ ਸੀ ਇਸ ਲਈ ਸਿੱਖਿਆ ਏਜੰਟਾਂ ਨੂੰ ਇੱਕ ਨੋਟ ਜਾਰੀ ਕੀਤਾ ਗਿਆ ਜੋ ਵਿਦਿਆਰਥੀਆਂ ਲਈ ਦਾਖਲੇ ਦੀ ਸਹੂਲਤ ਦੰਦੇ ਹਨ ਅਮਰੀਕਾ ਦੀ ਸਰਕਾਰੀ ਯਾਤਰਾ ਦਾ ਸਨਮਾਨ ਸਭ ਤੋਂ ਨੇੜਲੇ ਦੋਸਤਾਂ ਤੇ ਸਹਿਯੋਗੀਆਂ ਨੂੰ ਦਿੱਤਾ ਜਾਂਦਾ ਹੈ ਅਤੇ ਵਾਈਟ ਹਾਊਸ ਵੱਲੋਂ 6 ਮਹੀਨੇ ਪਹਿਲਾਂ ਹੀ ਇਸ ਸੰਬੰਧੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਨੇ ਡੇਵਿਡ ਐਮ ਨੇ ਜਿਹੜੇ ਨੇ ਉਹਨਾਂ ਨੇ ਕਿਹਾ ਕਿ ਨੈਸ਼ਨਲ ਸੈਂਟਰ ਫਾਰ ਵਾਈਟ ਹਾਊਸ ਹਿਸਟਰੀ ਦੇ ਉਪ ਪ੍ਰਧਾਨ ਅਤੇ ਅੰਤਰੀਮ ਨਿਰਦੇਸ਼ਕ ਮੈਥਿਊ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਦੀ ਪਹਿਲੀ ਰਾਜ ਯਾਤਰਾ ਦੇ ਸੰਦਰਭ ਦੇ ਵਿੱਚ ਇਹ ਜਾਣਕਾਰੀ ਦਿੱਤੀ ਹੈ ਪ੍ਰਧਾਨ ਮੰਤਰੀ ਮੋਦੀ ਅਮਰੀਕੀ ਰਾਸ਼ਟਰਪਤੀ ਜੋ ਵਾਈਡਨ ਅਤੇ ਪਹਿਲੀ ਮਹਿਲਾ ਜਿਲ ਵਾਈਡਨ ਦੇ ਅੱਜ ਤੇ 21 ਤੋਂ 24 ਜੂਨ ਤੱਕ ਅਮਰੀਕਾ ਦਾ ਦੌਰਾ ਕਰਨਗੇ ਮੈਥਿਊ ਨੇ ਕਿਹਾ ਪਹਿਲਾਂ ਸਦਾ ਦਿੱਤਾ ਚਾਹੁੰਦਾ ਹੈ ਵਾਈਟ ਹਾਊਸ ਦੇ ਪ੍ਰੋਗਰਾਮਾਂ ਦੀ ਯੋਜਨਾ 6 ਮਹੀਨੇ ਪਹਿਲਾਂ ਕੀਤੀ ਜਾਂਦੀ ਹੈ ਸਰਕਾਰੀ ਯਾਤਰਾ ਦੇ ਦਿਨ ਵਾਈਟ ਹਾਊਸ ਵਿਖੇ ਇੱਕ ਸਰਕਾਰੀ ਆਗਮਨ ਸਮਾਰੋਹ ਹੋਏਗਾ ਜੋ ਦੱਖਣੀ ਲੌਂਚ ਹੁੰਦਾ ਹੈ ਇਸ ਤਰ੍ਹਾਂ ਰਾਸ਼ਟਰਪਤੀ ਅਤੇ ਰਾਜਦੇ ਮੁੱਖ ਮਹਿਮਾਨ ਗੱਲਬਾਤ ਕਰਨਗੇ। ਉਹਨਾਂ ਨੇ ਦੱਸਿਆ ਕਿ ਦੋਵਾਂ ਦੇਸ਼ਾਂ ਦੇ ਰਾਸ਼ਟਰੀ ਗੀਤ ਵਜਾਏ ਜਾਣਗੇ, ਆਪਣੇ ਸੈਨਿਕਾਂ ਦਾ ਜਾਇਜ਼ਾ ਲੈਣਗੇ ਅਤੇ ਫਿਰ ਉਹ ਗੱਲਬਾਤ ਦੇ ਲਈ ਵਾਈਟ ਹਾਊਸ ਜਾਣਗੇ। ਇਸ ਤੋਂ ਬਾਅਦ ਡਿਨਰ ਕੀਤਾ ਜਾਏਗਾ, ਫਿਰ ਉਹ ਰਾਸ਼ਟਰਪਤੀ ਅਤੇ ਪਹਿਲੀ ਮਹਿਲਾ ਦੇ ਮਹਿਮਾਨ ਵਜੋਂ ਰਾਸ਼ਟਰਪਤੀ ਦੇ ਸਰਕਾਰੀ ਗੈਸਟ ਹਾਊਸ ਬਲੇਅਰ ਹਾਊਸ ਵਿਖੇ ਆਰਾਮ ਕਰਨਗੇ। ਮੈਥਿਊ ਦੇ ਅਨੁਸਾਰ 1874 ਦੇ ਵਿੱਚ ਹਵਾਈ ਦੇ ਰਾਜਾ ਕਾਲਾ ਕੋਆ ਵੱਲੋਂ ਪਹਿਲੀ ਸਰਕਾਰੀ ਯਾਤਰਾ ਕੀਤੀ ਗਈ ਸੀ। ਵਾਈਡਨ ਦੇ ਕਾਰਤਕਾਲ ਦੇ ਦੌਰਾਨ ਹੋਰ ਦੇਸ਼ਾਂ ਦੇ ਕੇਵਲ ਦੋ ਨੇਤਾ ਸਰਕਾਰੀ ਦੌਰੇ ਤੇ ਆਏ ਨੇ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਨ ਅਤੇ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਯੂਨ ਸੁਕ ਜਿਓਲ ਸਰਕਾਰੀ ਯਾਤਰਾ ਤੇ ਆਏ ਨੇ ਮੈਥਿਊ ਨੇ ਕਿਹਾ ਹੈ ਕਿ ਬਹੁਤ ਸਾਰੇ ਲੋਕ ਸਰਕਾਰੀ ਰਾਤਰੀ ਭੋਜਨ ਨੂੰ ਪਰੋਸੇ ਜਾਣ ਵਾਲੇ ਭੋਜਨ ਦੇ ਵੱਖ-ਵੱਖ ਰੂਪਾਂ ਸੰਬੰਧੀ ਸੋਚਦੇ ਨੇ ਪਰ ਬਹੁਤ ਕੁਝ ਅਜਿਹਾ ਵੀ ਹੈ ਜੋ ਮਹਿਮਾਨ ਦੇ ਦੇਸ਼ ਉਹਨਾਂ ਦੇ ਸੱਭਿਆਚਾਰ ਅਤੇ ਉਹਨਾਂ ਦੇ ਆਦਰਸ਼ ਦੇ ਲਈ ਸਵੀਕਾਰ ਅਤੇ ਸਤਿਕਾਰ ਨੂੰ ਦਰਸਾਉਂਦਾ ਹੈ ਪਰ ਇਹ ਵੀ ਕਿ ਸਾਡੇ ਸਾਂਝੇ ਵਿਚਾਰ ਅਤੇ ਟੀਚੇ ਤੇ ਉਦੇਸ਼ ਕੀ ਨੇ ਕਿ ਅਸੀਂ ਇੱਕ ਦੁਬੱਲੇ ਸੰਬੰਧ ਦੇ ਰੂਪ ਦੇ ਵਿੱਚ ਮਿਲ ਕੇ ਕੰਮ ਕਰ ਸਕਦੇ ਹਾਂ ਉਹਨਾਂ ਨੇ ਕਿਹਾ ਕਿ ਜੌਨ ਐਫ ਕੈਨੇਡੀ ਦੇ ਕਾਰਜਕਾਲ ਤੋਂ ਸਰਕਾਰੀ ਰਾਤਰੀ ਭੋਜ ਦਾ ਦਾਇਰਾ ਵੱਡਾ ਹੁੰਦਾ ਗਿਆ ਪਹਿਲਾਂ ਦਾ ਸਰਕਾਰੀ ਰਾਤਰੀ ਭੋਜ ਵਧੇਰੇ ਸਧਾਰਨ ਸੀ ਪਰ ਬਾਅਦ ਵਿੱਚ ਹਾਲਾਤਾਂ ਦੇ ਅਨੁਸਾਰ ਇਸ ਵਿੱਚ ਬਹੁਤ ਸਾਰੀਆਂ ਚੀਜ਼ਾਂ ਸ਼ਾਮਲ ਕੀਤੀਆਂ ਗਈਆਂ ਸਟੇਟ ਡਾਇਨਿੰਗ ਰੂਮ ਜਿੱਥੇ ਸਰਕਾਰੀ ਰਾਤਰੀ ਭੋਜ ਆਯੋਜਿਤ ਕੀਤੇ ਜਾਂਦੇ ਨੇ ਬਹੁਤ ਵੱਡਾ ਨਹੀਂ ਹੈ ਇਸ ਵਿੱਚ ਕ੍ਰੀਬ 120 ਤੋਂ 140 ਲੋਕਾਂ ਦੇ ਬੈਠਣ ਦਾ ਪ੍ਰਬੰਧ ਹੈ ਪਰ ਹਾਲੇ ਵਿੱਚ ਹੋਏ ਸਰਕਾਰੀ ਰਾਤਰੀ ਭੋਜ ਵਿੱਚ ਵੱਡੀ ਗਿਣਤੀ ਚ ਲੋਕ ਸ਼ਾਮਲ ਹੋਏ ਵਾਇਡਨ ਨੇ ਹਾਲ ਹੀ ਵਿੱਚ ਇੱਕ ਸਰਕਾਰੀ ਰਾਤਰੀ ਭੋਜ ਦੀ ਮੇਜ਼ਬਾਨੀ ਕੀਤੀ ਜਿਸ ਵਿੱਚ 300 ਤੋਂ ਵੱਧ ਲੋਕ ਸ਼ਾਮਲ ਹੋਏ ਮੈਥਿਊ ਨੇ ਕਿਹਾ ਕਿ ਸਾਬਕਾ ਰਾਸ਼ਟਰਪਤੀ ਜਿਹੜੇ ਰੀਗਨ ਨੇ ਉਹਨਾਂ ਦਾ ਨਾਮ ਸਭ ਤੋਂ ਸਰਕਾਰੀ ਰਾਤਰੀ ਭੋਜ ਦੀ ਮੇਜ਼ਬਾਨੀ ਕਰਨ ਦਾ ਰਿਕਾਰਡ ਹੈ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਖੂਫੀਆ ਦਸਤਾਵੇਜ਼ ਰੱਖਣ ਸੰਬੰਧੀ ਮਾਮਲੇ 'ਚ ਆਪਣੇ ਉੱਪਰ ਲੱਗੇ ਦੋਸ਼ ਨੂੰ ਹਸਤੋਹੀਣੀ ਤੇ ਬੇਬੁਨਿਆਦ ਘਰਾੜ ਦਿੱਤਾ 트੍ਰੰਪ ਇਸ ਮਾਮਲੇ 'ਚ ਆਪਣੇ ਖਿਲਾਫ ਲੱਗੇ ਦੋਸ਼ ਜਨਤਕ ਹੋਣ ਮਗਰੋਂ ਪਹਿਲੀ ਵਾਰ ਲੋਕਾਂ ਸਾਹਮਣੇ ਆਏ ਉਹਨਾਂ ਆਪਣੇ ਤੇ ਲੱਗੇ 37 ਦੋਸ਼ਾਂ ਨੂੰ ਆਪਣੇ ਹਮਾਇਤੀਆਂ ਤੇ ਹਮਲਾ ਕਰਾਰ ਦਿੱਤਾ ਇਸ ਸਾਰੇ ਘਟਨਾਕ੍ਰਮ ਦਾ ਸਿਆਸੀ ਇਲਾਹਾ ਲੈਣ ਦੀ ਕੋਸ਼ਿਸ਼ ਕੀਤੀ 트럼ਪ ਨੇ ਜਾਰਜੀਆ ਤੇ ਨਾਰਥ ਕੈਰੋਲਿਨਾ ਚ ਰਿਪਬਲਿਕਨ ਪਾਰਟੀ ਦੇ ਸੰਮੇਲਨਾਂ ਨੂੰ ਸੰਬੋਧਨ ਕਰਦਿਆਂ ਨਿਆਂ ਵਿਭਾਗ ਵੱਲੋਂ ਲਾਏ ਗਏ ਦੋਸ਼ਾਂ ਨੂੰ ਰਾਸ਼ਟਰਪਤੀ ਵਜੋਂ ਉਹਨਾਂ ਦੀਆਂ ਵਾਪਸੀ ਦੀਆਂ ਸੰਭਾਵਨਾਵਾਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਦੱਸਿਆ 트럼ਪ ਨੇ ਆਪਣੇ ਹਮਾਇਤੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਉਹ ਮੈਨੂੰ ਇੱਕ ਤੋਂ ਬਾਅਦ ਇੱਕ ਕਈ ਮਾਮਲਿਆਂ 'ਚ ਨਿਸ਼ਾਨਾ ਬਣਾ ਕੇ ਮੇਰੇ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਅਜਿਹਾ ਕਰਕੇ ਉਹ ਸਾਡੀ ਮਿਹਨ ਨੂੰ ਰੋਕਣਾ ਚਾਹੁੰਦੇ ਨੇ ਉਹ ਮੇਰੇ ਪਿੱਛੇ ਨਹੀਂ ਆ ਰਹੇ ਉਹ ਤੁਹਾਡੇ ਪਿੱਛੇ ਪਏ ਹੋਏ ਨੇ 트럼ਪ ਨੇ ਅਹਦ ਲਿਆ ਕਿ ਉਹ ਦੋਸ਼ ਲੱਗਣ ਦੇ ਬਾਵਜੂਦ ਰਾਸ਼ਟਰਪਤੀ ਚੋਣ ਦੀ ਦੌੜ 'ਚ ਬੜੇ ਰਹਿਣਗੇ ਸਾਬਕਾ ਰਾਸ਼ਟਰਪਤੀ ਨੇ ਜ਼ੋਰ ਦੇ ਕੇ ਕਿਹਾ ਕਿ ਉਹਨਾਂ ਨੇ ਕੁਝ ਵੀ ਗਲਤ ਨਹੀਂ ਕੀਤਾ ਉਹਨਾਂ ਨੇ ਕਿਹਾ ਕਿ ਉਹ ਮੈਦਾਨ ਨਹੀਂ ਛੱਡਣਗੇ ਉਹਨਾਂ ਨੇ ਆਸ ਜਿਤਾਈ ਹੈ ਕਿ ਉਹ ਦੋਸ਼ੀ ਨਹੀਂ ਠਹਿਰਾਏ ਜਾਣਗੇ ਜ਼ਿਕਰਯੋਗ ਹੈ ਕਿ ਟਰੰਪ ਦੀ ਰਿਹਾਈ ਤੋਂ ਖੂਫੀਆ ਦਸਤਾਵੇਜ਼ ਮਿਲਨ ਸੰਬੰਧੀ ਦੋਸ਼ਾਂ ਨਾਲ ਜੁੜੇ ਕੇਸ ਨੂੰ ਲੰਘੇ ਸ਼ੁੱਕਰਵਾਰ ਨੂੰ ਜਨਤਕ ਕਰ ਦਿੱਤਾ ਗਿਆ ਸੀ ਇਸਤਾਨਬੁਲ ਤੋਂ ਅਮਰੀਕਾ ਦੇ ਨਿਊਯਾਰਕ ਸਿਟੀ ਜਾ ਰਹੀ ਤੁਰਕੀ 에ਅਰਲਾਈਨਸ ਦੀ ਫਲਾਈਟ ਵਿੱਚ ਕੱਲ ਇੱਕ ਅਣਸੁਖਾਵੀ ਘਟਨਾ ਵਾਪਰੀ। ਇਸ ਫਲਾਈਟ ਵਿੱਚ ਬੇਹੋਸ਼ ਹੋਣ ਦੇ ਕੁਝ ਦੇਰ ਬਾਅਦ ਹੀ 11 ਸਾਲਾ ਲੜਕੇ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਕਿ ਇਸ ਫਲਾਈਟ ਨੇ ਸਵੇਰੇ ਇਸਤਾਨਬੁਲ ਤੋਂ ਉਡਾਣ ਭਰੀ ਸੀ। ਬੱਚੇ ਦੇ ਬੇਹੋਸ਼ ਹੋਣ ਤੋਂ ਬਾਅਦ ਬੁੜੇ ਪੇਸਟ ਵਿੱਚ ਫਲਾਈਟ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਫਲਾਈਟ ਦੇ ਲੈਂਡ ਹੋਣ ਤੋਂ ਪਹਿਲਾਂ ਹੀ ਡਾਕਟਰਾਂ ਦੀ ਟੀਮ 에ਅਰਪੋਰਟ ਤੇ ਮੌਜੂਦ ਸੀ। ਜੋ ਫਲਾਈਟ ਦੇ ਲੈਂਡ ਹੁੰਦੇ ਬੱਚੇ ਨੂੰ ਦੇਖਣ ਦੇ ਲਈ ਪਹੁੰਚ ਗਈ। ਪਰ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਬ ਨੂੰ ਬਚਾਇਆ ਨਹੀਂ ਜਾ ਸਕਿਆ ਖਬਰਾਂ ਦੇ ਮੁਤਾਬਕ ਫਲਾਈਟ ਜਿਹੜੀ ਹੈ ਬੁਡੇ ਪੇਸਟ ਵਿੱਚ ਉਤਰਨ ਤੋਂ ਬਾਅਦ ਹਵਾਈ ਅੱਡੇ ਦੀ ਮੈਡੀਕਲ ਸੇਵਾ ਨੂੰ ਤੁਰੰਤ ਘਟਨਾ ਸਥਾਨ ਤੇ ਪਹੁੰਚਾਇਆ ਗਿਆ ਔਰ ਫਲਾਈਟ ਨੇ ਸਥਾਨਕ ਸਮੇਂ ਅਨੁਸਾਰ 6:50 ਵਜੇ ਪੰਜਾਹ ਮਿੰਟ ਤੇ ਇਸਤਾਂਬੁਲ ਹਵਾਈ ਅੱਡੇ ਤੋਂ ਉਡਾਣ ਭਰੀ ਸੀ ਇਸ ਤੋਂ ਬਾਅਦ ਬੱਚਾ ਬਿਮਾਰ ਹੋ ਗਿਆ ਖਬਰਾਂ ਦੇ ਮੁਤਾਬਕ ਮ੍ਰਿਤਕ ਬੱਚਾ ਅਮਰੀਕਾ ਦਾ ਰਹਿਣ ਵਾਲਾ ਸੀ ਜੋ ਆਪਣੇ ਪਰਿਵਾਰ ਨਾਲ ਫਲਾਈਟ ਵਿੱਚ ਮੌਜੂਦ ਸੀ ਦੱਸਿਆ ਜਾ ਰਿਹਾ ਹੈ ਕਿ ਬੱਚਾ ਅਪਾਹਜ ਸੀ ਬੱਚੇ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ ਜਾਂ ਕੋਈ ਹੋਰ ਕਾਰਨ ਸੀ ਇਸ ਦੀ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ ਅਮਰੀਕਾ ਦੇ ਸ਼ਹਿਰ ਹਿਊਸਟਨ ਵਿੱਚ ਸਥਿਤ ਤੱਬੂ ਕਲੱਬ ਦੇ ਬਾਹਰ ਅੰਨੇਵਾ ਗੋਲੀਬਾਰੀ ਹੋਈ। ਇਹ ਘਟਨਾ ਐਤਵਾਰ ਦੀ ਹੈ। ਐਤਵਾਰ ਛੁੱਟੀ ਹੋਣ ਕਾਰਨ ਕਲੱਬ ਵਿੱਚ ਭਾਰੀ ਭੀੜ ਸੀ। ਘਟਨਾ ਦੇ ਸਮੇਂ ਕਲੱਬ ਦੇ ਪਾਰਕਿੰਗ ਏਰੀਆ ਵਿੱਚ ਕਾਫੀ ਲੋਕ ਇਕੱਠੇ ਹੋ ਗਏ। ਇਸ ਦੌਰਾਨ ਇੱਕ ਅਣਪਛਾਤੇ ਵਿਅਕਤੀ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਫਰਾਰ ਹੋ ਗਿਆ ਗੋਲੀਬਾਰੀ ਤੋਂ ਬਾਅਦ ਜਦੋਂ ਪੁਲਿਸ ਪਾਰਕਿੰਗ ਏਰੀਆ 'ਚ ਪਹੁੰਚੀ ਤਾਂ ਪਤਾ ਲੱਗਾ ਕਿ 6 ਲੋਕਾਂ ਨੂੰ ਗੋਲੀਆਂ ਲੱਗੀਆਂ ਜਿਨ੍ਹਾਂ 'ਚ ਇੱਕ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਜ਼ਖਮੀ ਵਿਅਕਤੀ ਦੀ ਸਰਜਰੀ ਕੀਤੀ ਗਈ ਹੈ ਅਜੇ ਤੱਕ ਮੁਲਜ਼ਮ ਦਾ ਸੁਰਾਗ ਹੱਥ ਨਹੀਂ ਲੱਗਾ ਹਿਊਸਟਨ ਦੇ ਪੁਲਿਸ ਮੁਖੀ ਨੇ ਕਿਹਾ ਕਿ ਕਿਸੇ ਨੇ ਭੀੜ ਭੜੱਕੇ ਵਾਲੀ ਪਾਰਕਿੰਗ ਵਿੱਚ ਗੋਲੀਬਾਰੀ ਕੀਤੀ ਉਹਨਾਂ ਨੇ ਕਿਹਾ ਕਿ ਅਜੇ ਤੱਕ ਕਿਸੇ ਵੀ ਸ਼ੱਕੀ ਨੂੰ ਹਿਰਾਸਤ ਵਿੱਚ ਨਹੀਂ ਲਿਆ ਗਿਆ ਹਿਊਸਟਨ ਦੇ ਪੁਲਿਸ ਮੁਖੀ ਟ੍ਰੋਏ ਨੇ ਦੱਸਿਆ ਕਿ ਕਲੱਬ ਦੀ ਪਾਰਕਿੰਗ ਦੇ ਵਿੱਚ ਭੀੜ ਭੜੱਕੇ ਵਾਲੀ ਥਾਂ ਤੇ ਕਿਸੇ ਸਿਰਫ ਰੈਨੇ ਅੰਨੇਵਾ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਕਾਰਨ ਅੱਧੀ ਦਰਜਨ ਲੋਕ ਗੰਭੀਰ ਜ਼ਖਮੀ ਹੋ ਗਏ ਥਾਣਾ ਮੁਕੀ ਨੇ ਦੱਸਿਆ ਕਿ 6 ਜ਼ਖਮੀਆਂ ਵਿੱਚੋਂ ਇੱਕ ਦੀ ਹਾਲਤ ਬਹੁਤ ਗੰਭੀਰ ਹੈ ਉਸ ਦੀ ਸਰਜਰੀ ਹੋਈ ਹੈ ਅਸੀਂ ਪਰਮਾਤਮਾ ਅਗੇ ਪ੍ਰਾਰਥਨਾ ਕਰਦੇ ਹਾਂ ਕਿ ਉਹ ਸਹੀ ਸਲਾਮਤ ਬਚ ਜਾਵੇ ਹਮਲੇ ਚ ਜ਼ਖਮੀ ਹੋਏ ਲੋਕਾਂ ਦੀ ਉਮਰ 20 ਤੋਂ 30 ਸਾਲ ਦੇ ਵਿਚਕਾਰ ਹੈ ਉਹਨਾਂ ਨੂੰ ਹਮਲੇ ਤੋਂ ਤੁਰੰਤ ਬਾਅਦ ਹੀ ਕਲੱਬ ਦੇ ਨੇੜੇ ਸਥਿਤ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹਿਊਸਟਨ ਪੁਲਿਸ ਨੇ ਹਮਲੇ ਤੋਂ ਤੁਰੰਤ ਬਾਅਦ ਪਾਰਕਿੰਗ ਗਲੌਟ ਅਤੇ ਉਸ ਦੇ ਆਸ-ਪਾਸ ਦੇ ਖੇਤਰਾ ਵਿੱਚ ਸੁਰੱਖਿਆ ਕੈਮਰਿਆਂ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ। ਕਟਾ ਤੋਂ ਬਾਅਦ ਪੁਲਿਸ ਵਾਲਿਆਂ ਨੇ ਕਲੱਬ 'ਚ ਜਾ ਕੇ ਪਾਰਟੀ ਕਰਨ ਵਾਲਿਆਂ ਨੂੰ ਸਲਾਹ ਦਿੱਤੀ ਹੈ ਕਿ ਕਲੱਬ ਬੰਦ ਹੋਣ ਤੋਂ ਬਾਅਦ ਘਰੇ ਚਲੇ ਜਾਇਆ ਕਰਨ। देर रात ਤੱਕ ਭੀੜ ਤੋਂ ਬਚਣ ਦੀ ਕੋਸ਼ਿਸ਼ ਕਰੋ। ਤੁਹਾਨੂੰ ਦੱਸ ਦਈਏ ਕਿ ਅਮਰੀਕਾ ਵਿੱਚ ਕਨ ਕਲਚਰ ਨੂੰ ਲੈ ਕੇ ਕਾਫੀ ਬਵਾਲ ਹੋ ਚੁੱਕਾ ਹੈ। ਪਿਛਲੇ ਕਈ ਮਹੀਨਿਆਂ ਤੋਂ ਅਮਰੀਕਾ 'ਚ ਅਨੇਵਾਹ ਗੋਲੀਬਾਰੀ ਹੋਈ ਹੈ ਜਿਸ ਵਿੱਚ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ। ਐਸੋਸੀਏਟਿਡ ਪ੍ਰੈਸ ਦੇ ਇੱਕ ਰਿਪੋਰਟ ਦੇ ਅਨੁਸਾਰ 2000 6 ਤੋਂ ਲੈ ਕੇ ਹੁਣ ਤੱਕ ਸਮੂਹਿਕ ਗੋਲੀਬਾਰੀ ਦੇ ਵਿੱਚ 2793 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦੋਂ ਕਿ ਸਾਲ 2022 ਚ 42 ਸਮੂਹਿਕ ਹੱਤਿਆ ਦਰਜ ਕੀਤੀਆਂ ਗਈਆਂ ਸਨ ਅਮਰੀਕਾ ਦਾ ਦੱਖਣੀ ਰਾਜ ਟੈਕਸਾਸ ਨਵੇਂ ਲिटल ਇੰਡੀਆ ਵਜੋਂ ਉੱਭਰ ਰਿਹਾ ਹੈ ਅਮਰੀਕਾ ਦੇ ਉੱਤਰੀ ਅਤੇ ਪੂਰਬੀ ਰਾਜਾਂ ਜਿਵੇਂ ਕਿ ਨਿਊਯਾਰਕ واਸ਼ਿੰਗਟਨ ਬੋਸਟਨ ਅਤੇ ਸ਼ਿਕਾਗੋ ਤੋਂ ਭਾਰਤੀਆਂ ਨੇ ਟੈਕਸਾਸ ਵਿੱਚ ਸੰਭਾਵਨਾਵਾਂ ਦੀ ਖੋਜ ਕਰਨੀ ਸ਼ੁਰੂ ਕਰ ਦਿੱਤੀ ਹੈ ਕੇਵਲ 10 ਸਾਲਾਂ ਵਿੱਚ ਇੱਥੇ ਭਾਰਤੀਆਂ ਦੀ ਆਬਾਦੀ ਦੁੱਗਣੀ ਹੋ ਗਈ ਹੈ 2010 ਵਿੱਚ ਇੱਥੇ 230000 ਭਾਰਤੀ ਸਨ ਜੋ 2020 ਵਿੱਚ ਵੱਧ ਕੇ 450000 ਹੋ ਗਏ ਨੇ ਦਬਦਬੇ ਦਾ ਅੰਦਾਜ਼ਾ ਇਸ ਤੱਥ ਤੋਂ ਲਗਾਇਆ ਜਾ ਸਕਦਾ ਹੈ ਕਿ ਟੈਕਸਾਸ ਦੇ ਕੁੱਲ ਕਾਰੋਬਾਰ ਦੇ 20% ਹਿੱਸੇ ਤੇ ਭਾਰਤੀਆਂ ਦਾ ਕਬਜ਼ਾ ਹੈ ਟੈਕਸਾਸ ਵਿੱਚ ਟੈਕਨੋਲੋਜੀ ਸਕੂਲ ਵਿਦ ਸੱਭਿਆਚਾਰ ਅਤੇ ਇਥੋਂ ਤੱਕ ਕਿ ਰਾਜਨੀਤੀ ਦੇ ਵਿੱਚ ਵੀ ਭਾਰਤੀਆਂ ਦਾ ਦਬਦਬਾ ਵਧਿਆ ਹੈ ਟੈਕਸਾਸ ਵਿੱਚ ਰਹਿਣ ਵਾਲੇ ਲਗਭਗ ਸਾਰੇ ਭਾਰਤੀਆਂ ਦੇ ਕੋਲ ਕਾਲਜ ਦੀ ਪੜ੍ਹਾਈ ਹੈ ਅੱਦੇ ਤੋਂ ਵੱਧ ਕੋਲ ਪੇਸ਼ੇਵਰ ਡਿਗਰੀਆਂ ਨੇ ਟੈਕਸਾਸ ਦੇ ਚਾਰ ਸ਼ਹਿਰਾਂ ਕੋਲਨ ਡੈਂਟਨ ਗਲਾਸ ਅਤੇ ਟੈਰੈਂਟ ਦੇ ਵਿੱਚ ਭਾਰਤੀਆਂ ਦੀ ਉੱਥੇ ਕਾਰੋਬਾਰ ਵਿੱਚ 25% ਤੱਕ ਹਿੱਸੇਦਾਰੀ ਹੈ ਕਦੇ ਟਰੰਪ ਦੀ ਰਿਪਬਲਿਕਨ ਪਾਰਟੀ ਦਾ ਗੜ ਮੰਨੇ ਜਾਂਦੇ ਟੈਕਸਾਸ ਸੂਬੇ ਵਿੱਚ ਡੈਮੋਕ੍ਰੈਟਿਕ ਪਾਰਟੀ ਹੁਣ ਮਜ਼ਬੂਤ ਹੁੰਦੀ ਜਾ ਰਹੀ ਹੈ ਇਸ ਦਾ ਮੁੱਖ ਕਾਰਨ ਇੱਥੇ ਭਾਰਤੀਆਂ ਦੀ ਆਬਾਦੀ ਨਾ ਹੈ ਡੈਮੋਕ੍ਰੈਟਿਕ ਪ੍ਰੈਸਟਨ ਕੁਲਕਰਨੀ ਹਿਊਸਟਨ ਵਿੱਚ ਆਪਣੀ ਪਕੜ ਮਜ਼ਬੂਤ ਕਰ ਰਹੇ ਨੇ ਟੈਕਸਾਸ ਅਗਲੇ ਸਾਲ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਵਿੱਚ اہم ਭੂਮਿਕਾ ਨਿਭਾਉਣ ਜਾ ਰਿਹਾ ਇੱਥੇ 40 ਇਲੈਕਟਰਲ ਵੋਟਾਂ ਵਿੱਚ ਰਿਪਬਲਿਕਾਂ ਤੇ ਡੈਮੋਕ੍ਰੇਟ ਦਾ ਵੋਟ ਸ਼ੇਅਰ 50 49 ਹੈ ਟੈਕਸਾਸ ਦੇ ਮਹਿੰਦਰਾ ਜੁਨੇਜਾ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਭਾਰਤੀ ਪ੍ਰਵਾਸੀ ਇੱਥੇ ਹਰ ਖੇਤਰ 'ਚ ਆਪਣੀ ਮੌਜੂਦਗੀ ਨੂੰ ਹੋਰ ਮਜ਼ਬੂਤ ਕਰਨਗੇ ਇੰਸਟੀਚਿਊਟ ਫਾਰ ਅਰਬਨ ਪਾਲਿਸੀ ਮੁਤਾਬਕ ਟੈਕਸਾਸ ਵਿੱਚ ਸਭ ਤੋਂ ਵੱਧ ਭਾਰਤੀ ਡਾਇਸਪੋਰਾ ਦੀ ਔਸਤ ਆਮਦਨ 48.5 ਰੁਪਏ ਹੈ 41% ਭਾਰਤੀਆਂ ਦੀ ਔਸਤ ਕਮਾਈ ਕਰੋੜ 1 ਕਰੋੜ 22 ਲੱਖ ਰੁਪਏ ਹੈ ਗ੍ਰੀਨ ਕਾਰਡ ਭਾਰਤੀਆਂ ਦੀ ਚੌਥੀ ਸਭ ਤੋਂ ਵੱਡੀ ਆਬਾਦੀ ਡਲਾਸ ਫੋਰ ਟੈਕਸਾਸ ਵਿੱਚ ਹੈ ਟੈਕਸਾਸ ਵਿੱਚ ਅੱdte ਤੋਂ ਬਾਅਦ ਭਾਰਤੀ ਤਿੰਨ ਖੇਤਰਾਂ ਵਿੱਚ ਨੇ ਕੰਪਿਊਟਰ ਵਿਗਿਆਨ ਸਟੈਮ ਮੈਨੇਜਮੈਂਟ ਅਤੇ ਸਿਹਤ ਸੰਭਾਲ ਬਾਕੀ ਟੈਕਨੋਲੋਜੀ ਖੇਤਰ ਵਿੱਚ ਨੇ ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ 2 ਸਾਲਾਂ ਵਿੱਚ ਭਾਰਤੀ 30% ਕਾਰੋਬਾਰ ਤੇ ਕਬਜ਼ਾ ਕਰ ਸਕਦੇ ਨੇ यूएस पार्लियामेंट ਦੇ ਵਿੱਚ 14 ਜੂਨ ਨੂੰ ਪਹਿਲੀ ਵਾਰ ਹਿੰਦੂ ਅਮਰੀਕੀ ਸੰਮੇਲਨ ਆਯੋਜਿਤ ਕੀਤਾ ਜਾ ਰਿਹਾ ਅਮਰੀਕੀ ਸਦਨ ਦੇ ਸਪੀਕਰ ਕੈਵਨ ਮੈਕ ਕਾਰਥੀਕ ਕਾਨਫਰੰਸ ਨੂੰ ਸੰਬੋਧਨ ਕਰਨਗੇ ਆਯੋਜਕਾਂ ਨੇ ਕਿਹਾ ਇਸ ਤਾ ਆਯੋਜਨ ਹਾਲੇ ਵਿੱਚ ਗਠਿਤ ਅਮਰੀਕਨ ਹਿੰਦੂ ਸਿਆਸੀ ਐਕਸ਼ਨ ਕਮੇਟੀ ਵੱਲੋਂ ਵੀ ਹੋਰ ਪ੍ਰਵਾਸੀ ਸੰਸਥਾਵਾਂ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਅਮਰੀਕੀ ਕੈਪੀਟਲ ਵਿਖੇ ਹਿੰਦੂ ਅਮਰੀਕਨ ਸੰਮੇਲਨ ਕਰਵਾਉਣ ਦਾ ਮਕਸਦ ਹਿੰਦੂ ਭਾਈਚਾਰੇ ਦੀਆਂ ਚਿੰਤਾਵਾਂ ਨੂੰ ਉਭਾਰਨਾ ਹੈ ਕਾਰਡੀਓਲੋজিস্ট ਡਾਕਟਰ ਰੁਮੇਸ਼ ਜਾਪਰਾ ਨੇ ਕਿਹਾ ਕਿ ਅਮਰੀਕੀ ਹਿੰਦੂ ਦੇਸ਼ ਭਾਰ ਵਿੱਚ ਚੰਗਾ ਕੰਮ ਕਰ ਰਹੇ ਨੇ ਪਰ ਉਹ ਸਿਆਸੀ ਤੌਰ ਤੇ ਬਹੁਤ ਪਿੱਛੇ ਨੇ ਉਹਨਾਂ ਨੇ ਕਿਹਾ ਕਿ ਮੈਂ ਇੱਕ ਕਾਰਤੀ ਦੇ ਨਾਲ-ਨਾਲ ਡੈਮੋਕ੍ਰੈਟਿਕ ਅਤੇ ਰਿਪਬਲਿਕਨ ਪਾਰਟੀਆਂ ਦੇ ਕਈ ਹੋਰ ਸੰਸਦ ਮੈਂਬਰਾਂ ਦੇ ਸੰਮੇਲਨ ਨੂੰ ਸੰਬੋਧਨ ਕਰਨ ਦੀ ਉਮੀਦ ਹੈ ਸੰਮੇਲਨ ਦੇ ਲਈ ਫਲੋਰੀਡਾ ਨਿਊਯਾਰਕ ਬੋਸਟਨ ਟੈਕਸਾਸ ਸ਼ਿਕਾਗੋ ਅਤੇ ਕੈਲੀਫੋਰਨੀਆ ਸਮੇਤ ਦੇਸ਼ ਪਰਤੋ ਲਗਭਗ 130 ਭਾਰਤੀ ਅਮਰੀਕੀ ਨੇਤਾ ਯੂਐਸ ਕੈਪੀਟਲ ਵਿਖੇ ਇਕੱਠੇ ਹੋਣਗੇ ਡਾਕਟਰ ਜਾਪਰਾ ਨੇ ਕਿਹਾ ਕਿ ਭਾਈਚਾਰਾ ਪ੍ਰਤੀਨਿਧ ਸਦਨ ਵਿੱਚ ਅਮਰੀਕੀ ਹਿੰਦੂਆਂ ਦੇ ਹਿੱਤਾਂ ਦੀ ਰਾਖੀ ਲਈ ਕੰਮ ਕਰਨ ਵਾਲੇ ਕਾਨੂੰਨ ਸਤਾਜਾਂ ਦਾ ਪਹਿਲਾ ਹਿੰਦੂ ਕੌਕਸ ਬਣਾਉਣ ਦੇ ਲਈ ਕੰਮ ਕਰ ਰਿਹਾ। ਉਹਨਾਂ ਨੇ ਕਿਹਾ ਕਿ ਸਾਡੀ ਸੰਸਥਾ ਉਹਨਾਂ ਨੇਤਾਵਾਂ ਲਈ ਸਹਾਇਤਾ ਤੇ ਫੰਡ ਇਕੱਠਾ ਕਰੇਗੀ ਜੋ ਹਿੰਦੂ ਸਿਧਾਂਤਾਂ ਤੇ ਕਦਰਾਂ ਕੀਮਤਾਂ ਦੇ ਨਾਲ ਸਹਿਮਤ ਨੇ ਅਤੇ ਭਾਈਚਾਰੇ ਦੀ ਮਦਦ ਕਰਨ ਅਤੇ ਹਿੰਦੂ ਫੋਬੀਆ, ਹਿੰਦੂ ਨਫ਼ਰਤ ਅਤੇ ਇਮੀਗ੍ਰੇਸ਼ਨ ਚਿੰਤਾਵਾਂ ਬਾਰੇ ਗੱਲ ਕਰਨ ਦੇ ਲਈ ਤਿਆਰ ਨੇ। ਹਿੰਦੂ ਅਮਰੀਕਨ ਸੰਮੇਲਨ ਦਾ ਹਿੱਸਾ ਬਣਨ ਵਾਲੀਆਂ ਸੰਸਥਾਵਾਂ ਦੇ ਵਿੱਚ ਅਮਰੀਕਨ ਹਿੰਦੂ ਕੋਐਲੀਸ਼ਨ, ਅਮਰੀਕਨ ਹਿੰਦੂ ਫੈਡਰੇਸ਼ਨ ਆ ਜਿਹੜੇ ਨੇ ਉਹ ਸ਼ਾਮਲ ਨੇ। ਪਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਯੁਕਤ ਰਾਜ ਅਮਰੀਕਾ ਦੌਰੇ ਨੂੰ ਲੈ ਕੇ ਭਾਰਤੀ ਪ੍ਰਵਾਸੀ ਬਹੁਤ ਉਤਸ਼ਾਹਿਤ ਨਜ਼ਰ ਆ ਰਹੇ ਨੇ ਉਹਨਾਂ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਦਾ ਅਜੀਹਾ ਕਰੇਜ਼ ਹੈ ਕਿ ਨਿਊ ਜਰਸੀ ਦੇ ਇੱਕ ਰੈਸਟੋਰੈਂਟ ਨੇ ਪੀਐਮ ਮੋਦੀ ਦੇ ਦੌਰੇ ਤੋਂ ਪਹਿਲਾਂ ਉਹਨਾਂ ਦੇ ਨਾਂ ਤੇ ਇੱਕ ਥਾਲੀ ਲਾਂਚ ਕੀਤੀ ਹੈ ਰੈਸਟੋਰੈਂਟ ਦੇ ਮਾਲਕ ਨੇ ਵੀਡੀਓ ਵਿੱਚ ਦੱਸਿਆ ਕਿ ਉਹਨਾਂ ਦੇ ਆਉਣ ਵਾਲੇ ਅਮਰੀਕਾ ਦੇ ਦੌਰੇ ਦੇ ਮੱਦੇਨਜ਼ਰ ਉਹਨਾਂ ਦੇ ਨਾਂ ਤੇ ਇੱਕ ਥਾਲੀ ਲਾਂਚ ਕੀਤੀ ਗਈ ਹੈ ਜਿਸ ਦਾ ਨਾਮ ਮੋਦੀਜੀ ਥਾਲੀ ਰੱਖਿਆ ਗਿਆ ਹੈ ਰੈਸਟੋਰੈਂਟ ਦੇ ਮਾਲਕ ਨੇ ਕਿਹਾ ਕਿ ਭਾਰਤੀ ਭਾਈਚਾਰੇ ਦੀ ਮੰਗ ਤੇ ਅਸੀਂ ਇਹਨਾਂ ਦੀ ਸਪੈਸ਼ਲ ਥਾਲੀ ਬਣਾਈ ਹੈ ਇਸ ਇਸ ਥਾਲੀ ਦੇ ਵਿੱਚ ਗੁਲਾ ਸਰੋਂ ਦਾ ਸਾਗ ਆਲੂ ਦਮ ਸਬਜ਼ੀ ਟੋਕਲਾ ਮੱਖਣ ਪਾਪੜ ਖਿਚੜੀ ਆਦਿ ਉਹਨਾਂ ਨੇ ਕਿਹਾ ਸਾਡੇ ਭਾਰਤੀ ਲੋਕਾਂ ਨੇ ਇਸ ਥਾਲੀ ਦਾ ਸਵਾਦ ਦੇਖਿਆ ਹੈ ਤੇ ਹਰ ਕੋਈ ਇਸ ਨੂੰ ਬਹੁਤ ਪਸੰਦ ਕਰ ਰਿਹਾ ਹੈ ਇਸ ਤਰ੍ਹਾਂ ਉੱਥੇ ਮੌਜੂਦ ਭਾਰਤੀ ਭਾਈਚਾਰੇ ਦੇ ਕੁਝ ਲੋਕਾਂ ਨੇ ਕਿਹਾ ਕੀ ਖਾਣਾ ਬਹੁਤ ਵਧੀਆ ਹੈ ਇੱਕ ਵਿਅਕਤੀ ਨੇ ਕਿਹਾ ਕਿ ਨਿਊ ਜਰਸੀ ਵਿੱਚ ਮੋਦੀ ਜੀ ਦੀ ਥਾਲੀ ਨੂੰ ਪਸੰਦ ਕੀਤਾ ਜਾ ਰਿਹਾ ਸਾਨੂੰ ਸਾਰਿਆਂ ਨੂੰ ਬਹੁਤ ਹੀ ਪਸੰਦ ਆਏ ਰਹੀ ਹੈ ਔਰ ਇੱਥੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਜੇਕਰ ਕਿਸੇ ਦੇਸ਼ ਦੇ ਰਾਸ਼ਟਰਪਤੀ ਪ੍ਰਧਾਨ ਮੰਤਰੀ ਜਾਂ ਰਾਜਾ ਕਿਸੇ ਹੋਰ ਦੇਸ਼ ਦੀ ਅਧਿਕਾਰਿਤ ਯਾਤਰਾ ਕਰਦੇ ਨੇ ਤਾਂ ਉਹਨਾਂ ਨੂੰ ਸਰਕਾਰੀ ਦੌਰਾ ਕਿਹਾ ਜਾਂਦਾ ਹੈ ਇਸ ਟੂਰ ਦਾ ਸਾਰਾ ਖਰਚਾ ਮੇਜ਼ਬਾਨ ਦੇਸ਼ ਵੱਲੋਂ ਚੁੱਕਿਆ ਜਾਂਦਾ ਹੈ ਇਸ ਦੇ ਨਾਲ ਹੀ ਦੇਸ਼ ਦੇ ਪ੍ਰਧਾਨ ਮੰਤਰੀ ਰਾਸ਼ਟਰਪਤੀ ਜਾਂ ਰਾਜੇ ਨੂੰ ਰਾਜ ਦੇ ਮੁਖੀ ਵੱਲੋਂ ਦੌਰੇ ਦੇ ਲਈ ਸਦਾ ਚਾਹੁੰਦਾ ਹੈ ਇਸ ਤਰ੍ਹਾਂ ਆਏ ਹੋਏ ਮਹਿਮਾਨਾਂ ਨੂੰ ਇੱਕੀ ਧੋਪਾਂ ਦੀ ਸਲਾਮੇ ਵੀ ਦਿੱਤੀ ਜਾਂਦੀ ਹੈ ਪਾਕਿਸਤਾਨ ਦੇ ਵਿਦੇਸ਼ ਮੰਤਰੀ ਵਿਲਾਵਲ ਪੁੱਟੋ ਜ਼ਰਦਾਰੀ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਰਾਜਨੀਤੀ ਦੇ ਵਿੱਚ ਫੌਜ ਦੀ ਦਖਲਅੰਦਾਜ਼ੀ ਦੇ ਖਿਲਾਫ ਨਹੀਂ ਹਨ ਪਾਰਿਸ ਤੋਂ ਨਰਾਜ਼ ਨੇ ਕਿਉਂਕਿ ਫੌਜ ਹੁਣ ਉਹਨਾਂ ਦਾ ਸਮਰਥਨ ਨਹੀਂ ਕਰ ਰਹੀ ਹੈ ਵਿਲਾਵਲ ਨੇ ਸ਼ਨੀਵਾਰ ਨੂੰ ਕਤਰ ਸਥਿਤ ਅਲ ਜ਼ੀਰਾ ਨਿਊਜ਼ ਚੈਨਲ ਨੂੰ ਦੱਸਿਆ ਪਾਕਿਸਤਾਨੀ ਫੌਜ ਨਾਲ ਖਾਨ ਦੀਆਂ ਮੁਸ਼ਕਲਾਂ ਪਿਛਲੇ ਸਾਲ ਅਪ੍ਰੈਲ ਤੋਂ ਸ਼ੁਰੂ ਹੋ ਗਈਆਂ ਸਨ ਜਦੋਂ ਉਹਨਾਂ ਨੇ ਐਲਾਨ ਕੀਤਾ ਕਿ ਫੌਜ ਰਾਜਨੀਤੀ ਵਿੱਚ ਨਹੀਂ ਪੈਕੇ ਅਤੇ ਕਿਸੇ ਦਾ ਪੱਖ ਨਹੀਂ ਲਏਗੀ ਉਹਨਾਂ ਨੇ ਕਿਹਾ ਕਿ ਖਾਨ ਨਾਲ ਇਮਰਾਨ ਖਾਨ ਦਾ ਮੁੱਦਾ ਇਹ ਹੈ ਕਿ ਫੌਜ ਖਾਨ ਦਾ ਸਮਰਥਨ ਨਹੀਂ ਕਰ ਰਹੀ ਹੈ ਵਿਲਾਵਲ ਨੇ ਕਿਹਾ ਕਿ ਪਾਕਿਸਤਾਨ ਦੀ ਰਾਜਨੀਤੀ ਵਿੱਚ ਫੌਜ ਦੀ ਭੂਮਿਕਾ ਨੂੰ ਨਕਾਰਿਆ ਨੇ ਜਾ ਸਕਦਾ ਉਹਨਾਂ ਨੇ ਕਿਹਾ ਕਿ ਸਾਡੇ ਇਤਿਹਾਸ ਦੇ ਅਦੇ ਤੋਂ ਵੱਧ ਸਮੇਂ ਤੱਕ ਫੌਜੀ ਰਾਜ ਰਿਹਾ ਮੇਰੀ ਪਾਰਟੀ ਪਾਕਿਸਤਾਨ ਪੀਪਲਸ ਪਾਰਟੀ ਨੇ ਪਾਕਿਸਤਾਨ ਦੇ ਇਤਿਹਾਸ ਵਿੱਚ ਹਰੇਕ ਤਾਨਾਸ਼ਾਹੀ ਨੂੰ ਚੜ੍ਹੌਤੀ ਦਿੱਤੀ ਹੈ ਹਾਲਾਂਕਿ ਉਹਨਾਂ ਨੇ ਕਿਹਾ ਕਿ ਖਾਨ ਨੇ ਪਾਕਿਸਤਾਨ ਵਿੱਚ ਹਰ ਤਾਨਾਸ਼ਾਹੀ ਦਾ ਸਵਰਥਨ ਕੀਤਾ ਕੈਨੇਡਾ 'ਚ ਰਹਿ ਰਹੇ ਮਾਨਸਾ ਦੇ ਨੌਜਵਾਨ ਅਮਨਜੋਤ ਸਿੰਘ ਉਰਫ ਮਨੀਦੀ ਮ੍ਰਿਤਕ ਦੇ ਮਾਨਸਾ ਪੁੱਜੇਗੀ ਅਮਨਜੋਤ ਸਿੰਘ ਮਨੀ ਪੁੱਤਰ ਪਵਿੱਤਰ ਸਿੰਘ ਸਾਬਕਾ ਮੈਂਬਰ ਟਰੱਕ ਯੂਨੀਅਨ ਮਾਨਸਾ ਦੀ ਮੌਤ ਕੈਨੇਡਾ 'ਚ 23 ਮਈ 2023 ਨੂੰ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਹੋਈ ਮਾਨਸਾ 'ਚ ਰਹਿ ਰਹੇ ਮ੍ਰਿਤਕ ਅਮਨਜੋਤ ਸਿੰਘ ਦੇ ਪਿਤਾ ਪਵਿੱਤਰ ਸਿੰਘ ਅਤੇ ਮਾਤਾ ਬੀਰਪਾਲ ਕੌਰ ਨੇ ਦੱਸਿਆ ਕਨਨ ਦਾ ਪੁੱਤਰ ਕੈਨੇਡਾ ਦੇ ਸਰੀ ਵਿਖੇ ਆਪਣੀ ਪਤਨੀ ਜਸ਼ਨਦੀਪ ਕੌਰ ਸਿੱਧੂ ਸੌਰਤਰ ਸੇਮ ਸਿੰਘ ਸਾਸਕਰਮਜੀਤ ਕੌਰ ਤੇ ਅੰਮ੍ਰਿਤਪਾਲ ਸਿੰਘ ਜੋ ਰਿਸ਼ਤੇ ਵਿੱਚ ਉਹਨਾਂ ਦਾ ਸਾਲੇ ਲੱਗਦੇ ਨੇ ਉਹਨਾਂ ਨਾਲ ਰਹਿ ਰਿਹਾ ਸੀ 23 ਮਈ ਨੂੰ ਉਹ ਬਿਲਕੁਲ ਠੀਕ ਸਨ ਤੇ ਫੋਨ ਤੇ ਸਾਡੇ ਨਾਲ ਗੱਲ ਵੀ ਕੀਤੀ ਪਰ ਬਾਅਦ ਵਿੱਚ ਅਚਾਨਕ ਉਹਨਾਂ ਨੂੰ ਦਿਲ ਦਾ ਦੌਰਾ ਪੈ ਗਿਆ ਤੇ ਮੌਤ ਹੋ ਗਈ ਉਹ 2022 ਵਿੱਚ ਕੈਨੇਡਾ ਗਿਆ ਉਹ ਫਿਰ ਭਾਰਤ ਆਇਆ ਅਤੇ ਹੁਣ 1 ਮਈ ਨੂੰ ਵਾਪਸ ਗਿਆ ਸੀ ਉਸ ਦੀ ਉਮਰ 30 ਸਾਲ ਦੀ ਸੀ ਤੇ ਹੁਣ ਉਸ ਦੀ ਮ੍ਰਿਤਕ ਦੇ ਬਾਣਸਾ ਆਉਣੀ ਹੈ ਇੱਥੇ ਇਹ ਜ਼ਿਕਰਯੋਗ ਹੈ ਕਿ ਆਏ ਦਿਨ ਕੈਨੇਡਾ ਤੋਂ ਨੌਜਵਾਨਾਂ ਨੂੰ ਦਿਲ ਦਾ ਦੌਰਾ ਪੈਣ ਦੀਆਂ ਮੰਦਭਾਗੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ ਜੋ ਨੌਜਵਾਨਾਂ ਦੇ ਲਈ ਜਾਣਲੇਵਾ ਬਣਦੀਆਂ ਨੇ ਐਤਵਾਰ ਨੂੰ ਕੰਜ਼ਰਵੇਟਿਵ ਆਗੂ ਪੀਅਰ ਪੋਲੀਏਵਰ ਨੇ ਆਖਿਆ ਕਿ ਕੈਨੇਡੀਅਨ ਚੋਣਾਂ ਦੇ ਵਿੱਚ ਵਿਦੇਸ਼ੀ ਦਖਲ ਦੇ ਮਾਮਲੇ ਦੀ ਜਨਤਕ ਜਾਂਚ ਨੂੰ ਆਕਾਰ ਦੇਣ ਦੇ ਲਈ ਉਹ ਹੋਰਨਾਂ ਵਿਰੋਧੀ ਧਿਰਾਂ ਦੇ ਆਗੂਆਂ ਨਾਲ ਰਲ ਕੇ ਕੰਮ ਕਰਨਗੇ ਐਤਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੋਲੀਏਵਰ ਨੇ ਆਖਿਆ ਕਿ ਇਸ ਜਾਂਚ ਦੀ ਅਗਵਾਈ ਇੰਡੀਪੈਂਡੈਂਟ ਸ਼ਖਸ ਤੋਂ ਕਰਵਾਈ ਜਾਏ ਜਾਂਚ ਦੌਰਾਨ ਜਿਹੜਾ ਪੱਖਪਾਤ ਤੋਂ ਦੂਰ ਹੋਵੇ ਇਸ ਗੱਲ ਦਾ ਖਾਸ ਖਿਆਲ ਰੱਖਿਆ ਜਾਏ ਇਹ ਯਕੀਨੀ ਬਣਾਉਣ ਦੇ ਲਈ ਉਹ ਆਪਣੇ ਸਾਰੇ ਵਿਰੋਧੀ ਧਿਰ ਦੇ ਭਾਈਵਾਲਾਂ ਦੇ ਨਾਲ ਰਲ ਕੇ ਕੰਮ ਕਰਨਗੇ ਉਹਨਾਂ ਨੇ ਆਖਿਆ ਕਿ ਇਸ ਮਾਮਲੇ ਦੀ ਜਾਂਚ ਕਰਨ ਵਾਲੇ ਸ਼ਖਸਤਾ ਪ੍ਰਧਾਨ ਮੰਤਰੀ ਜਸਟਨ ਟਰੂਡੋ ਨਾਲ ਜਾਂ ਟਰੂਡੋ ਫਾਊਂਡੇਸ਼ਨ ਦੇ ਨਾਲ ਕੋਈ ਸੰਬੰਧ ਨਹੀਂ ਹੋਣਾ ਚਾਹੀਦਾ। ਉਹਨਾਂ ਨੇ ਅੱਗੇ ਆਖਿਆ ਕਿ ਜਿਹੇ ਸ਼ਖਸਤਾ ਕਿਸੇ ਵਿਦੇਸ਼ੀ ਤਾਨਾ ਜਾਹੀ ਨਾਲ ਵੀ ਕੋਈ ਸੰਪਰਕ ਨਹੀਂ ਹੋਣਾ ਚਾਹੀਦਾ। ਉਸ ਦਾ ਅਕਸ ਗੈਰ ਪੱਖਪਾਤੀ ਤੇ ਨਿਊਟਰਲ ਰਹਿਣ ਵਾਲੇ ਇਨਸਾਨ ਵਾਲਾ ਹੋਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਸ਼ਨੀਚਰਵਾਰ ਨੂੰ ਇੰਟਰ ਗਵਰਨਮੈਂਟਲ ਅਫੇਅਰਸ ਮੰਤਰੀ ਡੋਮਿਨਿਕ ਲਿਪਕਾਂਕ ਨੇ ਆਖਿਆ ਕਿ ਸਰਕਾਰ ਇਸ ਮਾਮਲੇ ਦੀ ਜਨਤਕ ਜਾਂਚ ਦੇ ਲਈ ਤਿਆਰ ਹੈ। ਇੱਥੇ ਇਹ ਵੀ ਦੱਸਣਾ ਬੰਦ ਹੈ ਕਿ ਚੁਫੇਰੀਓ ਹੋ ਰਹੇ ਵਿਰੋਧ ਮਗਰੋਂ 2 ਮਹੀਨੇ ਸਪੈਸ਼ਲ ਰਿਪੋਰਟਰ ਰਹਿਣ ਤੋਂ ਬਾਅਦ ਸ਼ੁਕਰ ਵਾਰ ਨੂੰ ਜੌਨਸਟਨ ਨੇ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਇਸ ਦੌਰਾਨ ਲੇਬਲੌਂਕ ਨੇ ਆਖਿਆ ਕਿ ਸਰਕਾਰ ਵਿਦੇਸ਼ੀ ਦਖਲ ਦੇ ਮਾਮਲੇ ਦੀ ਜਾਂਚ ਤੇ ਇਸ ਦੇ ਮੁਲਾਂਕਣ ਦੇ ਲਈ ਜਨਤਕ ਪ੍ਰਕਿਰਿਆ ਸ਼ੁਰੂ ਕਰਨ ਲਈ ਕਾੜੀ ਹੈ ਇਸ ਲਈ ਸਰਕਾਰ ਵਿਰੋਧੀ ਧਿਰ ਨਾਲ ਰਲ ਕੇ ਕੰਮ ਕਰਨਾ ਚਾਹੁੰਦੀ ਹੈ ਪਿਛਲੇ 1 ਸਾਲ ਤੋਂ ਟੋਰਾਂਟੋ ਦੇ ਪੀਰਸਨ 에ਅਰਪੋਰਟ ਉਤੇ ਪਾਰਕ ਕੀਤੇ ਗਏ ਰੂਸ ਤੇ ਰਜਿਸਟਰਡ ਮਾਲ ਵਾਹਕ ਜਹਾਜ਼ ਨੂੰ ਕੈਨੇਡੀਅਨ ਸਰਕਾਰ ਦੇ ਵੱਲੋਂ ਜ਼ਬਤ ਕਰ ਲਿਆ ਗਿਆ ਹੈ ਇਹ ਖੁਲਾਸਾ ਸ਼ਨੀਚਰਵਾਰ ਦੁਪਹਿਰ ਨੂੰ ਗਲੋਬਲ ਅਫੇਅਰਸ ਕੈਨੇਡਾ ਵੱਲੋਂ ਕੀਤਾ ਗਿਆ ਗਲੋਬਲ ਅਫੇਅਰਸ ਕੈਨੇਡਾ ਵੱਲੋਂ ਜਾਰੀ ਕੀਤੀ ਗਈ ਪ੍ਰੈਸ ਰਿਲੀਜ਼ ਦੇ ਅਨੁਸਾਰ ਇਹ ਜਹਾਜ਼ ਜੋ ਕਿ ਐਨ ਤੋਂ ਨੋਵ 124 ਹੈ ਬੋਲਗਾ ਨੈਪਰ 에ਅਰਲਾਈਨਸ ਐਲ ਐ ਐ ਸੀ ਤੋਂ ਬੋਲਗਾ ਨਾਇਪਰ ਗਰੁੱਪ ਦੀ ਮਲਕੀਅਤ ਹੈ ਜ਼ਿਕਰ ਹੋਇਆ ਕਿ ਰੂਸ ਵੱਲੋਂ ਯੂਕਰੇਨ ਖਿਲਾਫ ਵਿੱਢੀ ਗਈ ਲੜਾਈ ਕਾਰਨ ਇਹਨਾਂ ਦੋਵਾਂ ਗਰੁੱਪਸ ਉੱਤੇ ਕੈਨੇਡਾ ਵੱਲੋਂ ਪਾਬੰਦੀਆਂ ਲਗਾਈਆਂ ਗਈਆਂ ਇਹ ਜਹਾਜ਼ 28 ਫਰਵਰੀ 2022 ਤੋਂ ਹੀ ਪੀਅਰਸਨ 에어ਪੋਰਟ ਉਤੇ ਖੜਾ ਹੈ ਗ੍ਰੇਟਰ ਟ੍ਰਾਂਟੋ ਐਰਪੋਰਟਸ ਅਥਾਰਟੀ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਜਹਾਜ਼ ਦੇ ਮਾਲਕ ਨੂੰ ਟ੍ਰਾਂਟੋ ਪੀਅਰਸਨ ਉਤੇ ਜਹਾਜ਼ ਪਾਰਕ ਕਰਨ ਸਬੱਲੇ ਪ੍ਰਤੀ ਮਿੰਟ 74 ਸੈਂਟ ਦੇਣੇ ਪੈਂਦੇ ਨੇ ਇਸ ਹਿਸਾਬ ਦੇ ਨਾਲ ਜਹਾਜ਼ ਤੇ ਮਾਲਕ ਨੂੰ ਹਰ 24 ਘੰਟੇ ਪਿੱਛੇ ਕਈ ਲੱਖਾਂ ਡਾਲਰ ਦੇਣੇ ਪੈਂਦੇ ਨੇ ਸ਼ੁਰੂਆਤ ਵਿੱਚ ਰੂਸ ਦੇ ਇਸ ਜਹਾਜ਼ ਨੇ ਅਮਰੀਕਾ ਤੇ ਰੂਸ ਤੋਂ ਵਾਇਆ ਚੀਨ ਆਉਂਦਿਆਂ ਹੋਇਆਂ ਇੱਥੇ ਪਹੁੰਚਣ ਤੋਂ ਕੁਝ ਸਮੇਂ ਬਾਅਦ ਹੀ ਚਲੇ ਜਾਣਾ ਸੀ ਪਰ ਪਿਛਲੇ ਸਾਲ ਫਰਵਰੀ ਵਿੱਚ ਕੈਨੇਡੀਅਨ ਸਰਕਾਰ ਵੱਲੋਂ ਰੂਸ ਦੇ ਜਹਾਜ਼ ਆਪਰੇਟਰਸ ਦੇ ਲਈ ਦੇਸ਼ ਦੀ 에ਅਰ ਸਪੇਸ ਬੰਦ ਕਰ ਦਿੱਤੇ ਜਾਣ ਕਾਰਨ ਇਹ ਜਹਾਜ਼ ਅਣਮਿੱਥੇ ਸਮੇਂ ਲਈ ਇੱਥੇ ਹੀ ਪਾਰਕ ਰਹਿ ਗਿਆ ਗਲੋਬਲ ਅਫੇਅਰਸ ਦੇ ਅਨੁਸਾਰ ਇਸ ਜਹਾਜ਼ ਨੂੰ ਰੋਕ ਕੇ ਕੈਨੇਡਾ ਨੇ ਇੱਕ ਤਰ੍ਹਾਂ ਯੂਕਰੇਨ ਖਿਲਾਫ ਜੰਗ ਬੰਦ ਕਰਨ ਦਾ ਵੀ ਰੂਸ ਉੱਤੇ ਦਬਾਅ ਪਾਇਆ ਸੀ ਕੈਨੇਡਾ ਤੋਂ ਰਿਪੋਰਟ ਹੋਣ ਦਾ ਖਤਰਾ ਚੱਲ ਰਿਹਾ ਹੈ ਕੁਝ ਭਾਰਤੀ ਵਿਦਿਆਰਥੀਆਂ ਤੇ ਸਟੇ ਆਰਡਰ ਮਿਲਣ ਤੋਂ ਬਾਅਦ ਭਾਰਤ ਨੇ ਇਸ ਨੂੰ ਸਵਾਗਤ ਯੋਗ ਕਦਮ ਕਰਾਰ ਦਿੱਤਾ ਹੈ ਇਹਨਾਂ ਵਿਦਿਆਰਥੀਆਂ ਤੇ ਇਕੱਠੇ ਤੌਰ ਤੇ ਸਿੱਖਿਆਕ ਸੰਸਥਾਾਂ ਵਿੱਚ ਫਰਜ਼ੀ ਦਾਖਲਾ ਵਿਖਾ ਕੇ ਵੀਜ਼ਾ ਹਾਸਲ ਕੀਤਾ ਸੀ ਜੋ ਕਿ ਧੋਖੇ ਨਾਲ ਵਿਦਿਆਰਥੀਆਂ ਨਾਲ ਧੋਖਾ ਹੋਇਆ ਸੀ ਭਾਰਤ ਨੇ ਕੈਨੇਡਾ ਚ ਅਧਿਕਾਰੀਆਂ ਤੇ ਦਿੱਲੀ ਚ ਸਥਿਤ ਕੈਨੇਡੀਅਨ ਅਧਿਕਾਰੀਆਂ ਦੇ ਸਾਹਮਣੇ ਇਹ ਮਸਲਾ ਉਠਾਉਂਦਿਆਂ ਵਿਦਿਆਰਥੀਆਂ ਪ੍ਰਤੀ ਮਨੁੱਖੀ ਸੰਵੇਦਨਾ ਵਾਲੀ ਪਹੁੰਚ ਅਪਣਾਉਣ ਦੀ ਅਪੀਲ ਕੀਤੀ ਕਿਉਂਕਿ ਇਸ ਵਿੱਚ ਵਿਦਿਆਰਥੀਆਂ ਦੀ ਗਲਤੀ ਨਹੀਂ ਸੀ ਹਾਲਾਂਕਿ ਮੁਤਾਬਕ ਭਾਰਤ ਵੱਲੋਂ ਇਹ ਮੁੱਦਾ ਉਠਾਉਂਦਿਆਂ ਇਸ ਗੱਲ ਤੇ ਵੀ ਜ਼ੋਰ ਦਿੱਤਾ ਗਿਆ ਕਿ ਇਸ ਚ ਕੈਨੇਡਾ ਦੀ ਪ੍ਰਣਾਲੀ ਦੀ ਕਮੀ ਅਤੇ ਅਨਿਯਮਿਤ ਪਹੁੰਚ ਦਾ ਵਦੇਰੇ ਦੋਸ਼ ਸੀ ਜਿਸ ਕਾਰਨ ਵਿਦਿਆਰਥੀਆਂ ਨੂੰ ਵੀਜ਼ਾ ਦਿੱਤਾ ਗਿਆ ਤੇ ਕੈਨੇਡਾ ਚ ਦਾਖਲ ਹੋਣ ਦੀ ਆਗਿਆ ਦਿੱਤੀ ਗਈ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਨੇ ਵੀ ਪਿਛਲੇ ਹਫਤੇ ਕਿਹਾ ਸੀਗਾ ਕਿ ਵਿਦਿਆਰਥੀਆਂ ਨੂੰ ਸਜ਼ਾ ਦੇਣਾ ਅਣਉਚਿਤ ਹੈ ਸਰਕਾਰੀ ਹਲਕਿਆਂ ਨੇ ਮੀਡੀਆ 'ਚ ਰਿਪੋਰਟ ਦਾ ਸਾਹਮਣਾ ਕਰ ਰਹੇ ਵਿਦਿਆਰਥੀਆਂ ਦੀ ਗਿਣਤੀ ਤੇ ਟਿੱਪਣੀਆਂ ਕਰਦਿਆਂ ਕਿਹਾ ਕਿ ਅਸਲ ਵਿਦਿਆਰਥੀਆਂ ਦੀ ਗਿਣਤੀ 700 ਤੋਂ ਬਹੁਤ ਘੱਟ ਹੈ। ਹਲਕਿਆਂ ਦੇ ਮੁਤਾਬਕ ਇਨ੍ਹਾਂ 'ਚੋਂ ਜ਼ਿਆਦਾਤਰ ਵਿਦਿਆਰਥੀ 2017 ਤੋਂ 2019 ਦਰਮਿਆਨ ਕੈਨੇਡਾ ਗਏ ਸਨ। ਕੁਝ ਨੇ ਆਪਣੀ ਪੜ੍ਹਾਈ ਪੂਰੀ ਕਰਕੇ ਵਰਕ ਪਰਮਿਟ ਹਾਸਲ ਕੀਤਾ, ਜਦਕਿ ਕੁਝ ਨੇ ਕੈਨੇਡਾ 'ਚ ਪੜ੍ਹਾਈ ਜਾਰੀ ਰੱਖੀ। ਪਿਛਲੇ ਕੁਝ ਦਿਨਾਂ 'ਚ ਕਈ ਸਿਆਸੀ ਪਾਰਟੀਆਂ ਵਿਦਿਆਰਥੀਆਂ ਦੇ ਹੱਕ ਚੱਗੀਆਂ। ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਵਿਦਿਆਰਥੀਆਂ ਦੀ ਸਮੱਸਿਆ ਦੇ ਠੁਕਵੇਂ ਹੱਲ ਦੀ ਲੋੜ Indigo ਦੀ ਉਡਾਣ ਪੰਜਾਬ ਦੇ ਅੰਮ੍ਰਿਤਸਰ ਹਵਾਈ ਅੱਡੇ ਤੋਂ ਉਡਾਣ ਭਰਨ ਤੋਂ ਬਾਅਦ ਪਾਕਿਸਤਾਨ ਦੇ ਹਵਾਈ ਖੇਤਰ ਵਿੱਚ ਪਹੁੰਚ ਗਈ। ਇਹ ਉਡਾਣ ਕਰੀਬ 31 ਮਿੰਟ ਤੱਕ ਪਾਕਿਸਤਾਨੀ ਹਵਾਈ ਖੇਤਰ ਵਿੱਚ ਰਹੀ ਅਤੇ ਫਿਰ ਸੁਰੱਖਿਅਤ ਭਾਰਤੀ ਵਾਪਸੀ ਹਵਾਈ ਖੇਤਰ ਵਿੱਚ ਵਾਪਸ ਪਰਤ ਗਈ ਅਜਿਹਾ ਖਰਾਬ ਮੌਸਮ ਕਾਰਨ ਹੋਇਆ ਅਤੇ ਕੁਮਾਂਤਰੀ ਨਿਯਮਾਂ ਕਾਰਨ ਪਾਕਿਸਤਾਨ ਨੂੰ ਜਗ੍ਹਾ ਦੇਣੀ ਪਈ ਮਿਲੀ ਜਾਣਕਾਰੀ ਦੇ ਮੁਤਾਬਕ ਇੰਡੀਗੋ ਦੀ ਫਲਾਈਟ ਨੇ ਸ਼ਨੀਵਾਰ ਰਾਤ ਭਾਰਤੀ ਸਮੇਂ ਦੇ ਮੁਤਾਬਕ 8:01 ਤੇ ਅੰਮ੍ਰਿਤਸਰ ਦੇ ਹਵਾਈ ਅੱਡੇ ਤੋਂ ਅਹਮਦਾਬਾਦ ਲਈ ਉਡਾਨ ਭਰੀ ਸੀ ਪਰ ਕੁਝ ਮਿੰਟਾਂ ਵਿੱਚ ਮੌਸਮ ਖਰਾਬ ਹੋ ਗਿਆ ਹਵਾ ਦੇ ਚਲਦਿਆਂ ਫਲਾਈਟ ਨੂੰ ਪਾਕਿਸਤਾਨ ਦੇ ਹਵਾਈ ਖੇਤਰ ਵਿੱਚ ਜਾਣਾ ਪਿਆ ਪਾਕਿਸਤਾਨ ਸਿਵਲ ਐਵੀਏਸ਼ਨ ਅਥਾਰਟੀ ਦੇ ਮੁਤਾਬਕ ਫਲਾਈਟ ਲਾਹੌਰ ਦੇ ਨੇੜੇ ਪਾਕਿਸਤਾਨ ਵਿੱਚ ਪੱਟ ਗਈ ਅਤੇ ਗੁਜਰਾਵਾਲਾ ਗਈ ਪਾਕਿਸਤਾਨ ਦੇ ਫਲਾਈਟ ਰਡਾਰ ਮੁਤਾਬਕ ਇੰਡੀਗੋ 에ਅਰਕ੍ਰਾਫਟ ਲਗਭਗ ਜਿਹੜਾ ਹੈ 445 ਗੰਡਾ ਦੀ ਰਫਤਾਰ ਨਾਲ ਲਾਹੌਰ ਦੇ ਉੱਤਰ ਵਿੱਚ ਦਾਖਲ ਹੋਇਆ ਤੇ 8:31 ਤੇ ਭਾਰਤ ਵਾਪਸ ਪਰਤਿਆ 4 ਸਾਲ ਪਹਿਲਾਂ ਪਾਕਿਸਤਾਨ ਨੇ ਭਾਰਤੀ ਜਹਾਜ਼ਾਂ ਲਈ ਆਪਣਾ ਹਵਾਈ ਖੇਤਰ ਬੰਦ ਕਰ ਦਿੱਤਾ ਸੀ ਉਦੋਂ ਤੋਂ ਹੁਣ ਤੱਕ ਭਾਰਤ ਪਾਕਿਸਤਾਨ ਦੇ ਹਵਾਈ ਖੇਤਰਾਂ ਦੀ ਵਰਤੋਂ ਨਹੀਂ ਕਰਦਾ ਹੈ ਪਰ ਇਸ ਸਥਿਤੀ ਵਿੱਚ ਪਾਕਿਸਤਾਨ ਨੂੰ ਆਪਣੀ 에ਅਰ ਸਪੇਸ ਦੇਣੀ ਪਈ ਇਹ ਸਥਿਤੀ ਆਮ ਨਹੀਂ ਸੀ ਖਰਾਬ ਮੌਸਮ ਦੀ ਸਥਿਤੀ ਵਿੱਚ ਕਮਾਂਤਰੀ ਨਿਯਮਾਂ ਦੇ ਮੁਤਾਬਕ ਕੋਈ ਵੀ ਦੇਸ਼ ਆਪਣੀ ਹਵਾਈ ਸਪੇਸ ਦੇਣ ਤੋਂ ਇਨਕਾਰ ਨਹੀਂ ਕਰ ਸਕਦਾ ਇਸ ਸੰਬੰਧ ਹੁਣ ਤੱਕ ਦੀਆਂ ਖਬਰਾਂ ਮੈਨੂੰ ਬਰुण ਕੌਰ ਮਾਨ ਨੂੰ ਦਿਵਾ ਗਿਆ ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੀਲ US ਤੇ TV ਜ਼ਰੂਰ ਸਬਸਕ੍ਰਾਈਬ ਕਰੋ ਜੀ ਸ਼ੁਕਰੀਆ ਸਤਿ ਸ਼੍ਰੀ ਅਕਾਲ